ਕਿਸਾਨ ਵੀ ਬਦਲ ਚੁੱਕੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਖਾਸ ਕਰਕੇ ਮੰਤਰੀ ਦੀ ਕੋਸ਼ਿਸ਼ ਹੈ ਕਿਸਾਨਾਂ ਦੀ ਮਦਦ ਔਰ ਹੁਣ 10 ਸਾਲ ਦੇ ਵਿੱਚ ਗੈਂਗਸਟਰ ਛੱਡ ਕੇ ਗਏ ਗੈਂਗਸਟਰਾਂ ਨੂੰ ਕਾਬੂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਲਈ ਪੰਜਾਬ ਨੂੰ ਅਮਨ ਔਰ ਸ਼ਾਂਤੀ ਮਿਲੀ ਇਹ ਕਰ ਰਹੇ ਹਾਂ ਜੇ ਬਾਦਲ ਸਾਹਿਬ ਨੂੰ ਇਹ ਮਾੜਾ ਲੱਗਦਾ ਹੈ ਤਾਂ ਮੈਂ ਸਭ ਦਾ ਬਹੁਤ ਮਾੜੀ ਕੋਸ਼ਿਸ਼ ਕਰਦਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਦੇ ਵਿੱਚ ਅੱਜ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਮੋਆਣਾ ਨਰਸਰੀ ਦਾ ਦੌਰਾ ਕਰਨ ਦੇ ਲਈ ਪਹੁੰਚੇ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ ਨੂੰ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਖ ਰੇਖ ਦੇ ਹੇਠ ਬੜੇ ਹੀ ਵੱਡੇ ਫਰਕ ਦੇ ਨਾਲ ਜਿੱਤਾਂਗੇ ਅਤੇ ਬਾਦਲਾਂ ਦਾ ਹੰਕਾਰ ਤੋੜਾਂਗੇ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਆਜ਼ਾਦ ਕਰਵਾਇਆ ਜਾਵੇਗਾ ਤੇ ਵੱਡੀ ਗਿਣਤੀ ਦੇ ਵਿੱਚ ਪੌਦੇ ਲਗਾਏ ਜਾਣਗੇ। ਬਾਦਲਾਂ ਦੇ ਵੱਲੋਂ ਸ਼ਾਹਕੋਟ ਦੇ SHO ਬਾਜਵਾ ਦੀ ਤਾਰੀਫ ਕੀਤੇ ਜਾਣ ਦੇ ਸਵਾਲ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ SHO ਦੇ ਵਿੱਚ ਬਾਦਲ ਪਰਿਵਾਰ ਅਤੇ ਮਜੀਠੀਆ ਪਰਿਵਾਰ ਬੋਲ ਰਿਹਾ ਹੈ। ਜੰਗਲਾਤ ਵਿਭਾਗ ਨੂੰ ਪ੍ਰਮੋਟ ਕਰਨ ਲਈ ਕਿਸ ਤਰ੍ਹਾਂ ਦੇ ਹੋਰ ਪੰਜਾਬ ਦੇ ਕਾਰਨ ਜੰਗਲਾਤ ਨੂੰ ਪ੍ਰਮੋਟ ਕਰਨ ਲਈ ਸਾਲ ਸਭ ਤੋਂ ਵੱਡਾ ਚੀਜ਼ਾਂ ਵਜਿਆ ਕਿ ਜਿਹੜੀ ਸਾਡੀ 10 ਸਾਲ ਦੇ ਵਿੱਚ ਸਰਕਾਰਾਂ ਦੀ ਅਣਹੈਲੀ ਕਰਨੀ ਦਿੱਤੀਆਂ 31,000 ਏਕੜ ਜ਼ਮੀਨ ਹੈ ਜਿਹੜੀ ਜੰਗਲਾਤ ਦੀ ਸਾਹਿਬਾਨ ਦੇ ਨਾਲ ਸਕਦਾ ਮੁੱਖ ਮੰਤਰੀ ਜੀ ਦੀ ਪਾਲਣਾ ਕਰਦੇ ਹੋਏ ਜੰਗਲਾਤ ਨੂੰ ਵਧਾਉਣ ਵਾਸਤੇ ਕਿਉਂਕਿ ਜੰਗਲਾਤ ਐਸੀ ਚੀਜ਼ ਹੈ ਜਿਹਨੇ ਅਵਾਇਰਮੈਂਟ ਆਕਸੀਜਨ ਦੇ ਔਰ ਨਾਲੇ ਸੜਕਾਂ ਬਣਨ ਨਾਲ ਸਾਡੇ ਜੰਗਲਾਤ ਦਾ ਉਹ ਕਰਕੇ ਪਿਛਲੀ ਸਰਕਾਰ ਦੇ ਬੰਦਿਆਂ ਨੇ ਦੱਬਿਆ ਉਹਨਾਂ ਨੇ ਖੇਤ ਜਨ ਦੱਬੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਵਾਸਤੇ ਸਾਡੀ ਸਾਰੇ ਸਰਕਾਰ ਦੇ ਵਿੱਚ ਜਿਹੜਾ 21,000 ਹੈ ਉਹਦੇ ਕੇਸ ਚੱਲ ਰਹੇ ਨੇ ਉਹ ਜੋ ਕੇਸ ਹੋ ਜਾਣਗੇ ਸਾਡੇ ਹੱਥ ਸਮੱਸਿਆ ਹੈਗਾ ਵੀ ਜਿਹੜੇ ਵਾਤਾਵਰਨ ਜਿਹੜਾ ਕਿਸਾਨਾਂ ਵੱਲੋਂ ਅੱਗ ਲਾ ਕੇ ਸਰਕਾਰ ਵੱਲੋਂ ਚੱਲਦਾ ਹੈ ਉਹ ਅੱਗ ਲਾ ਕੇ ਵਾਤਾਵਰਨ ਕੀਤਾ ਜਾ ਰਿਹਾ ਹੈ ਪੌਦਿਆਂ ਨੂੰ ਨੁਕਸਾਨ ਕਰ ਪੰਜਾਬ ਸਰਕਾਰ ਨੂੰ ਪਰਾਲੀ ਦੀ ਬੰਦ ਹੋਏ ਕੰਮ ਵੀ ਕਰਨਾ ਸਾਡਾ
ਪੂਰਾ ਮੁਰਾਦਾ ਕਿਸਾਨਾਂ ਦੀ ਮਦਦ ਕਰਕੇ ਆ ਜਿਹੜੀ ਪਰਾਲੀ ਚੁੱਕਣ ਵਾਲੀ ਗੱਲ ਰੁਪਏ ਖਰਚ ਕਰਕੇ ਹਰ ਤਰ੍ਹਾਂ ਦੇ ਬੰਦੇ ਸਾਡੇ ਸਮਾਜ 'ਚ ਮਜ਼ਦੂਰ ਨਹੀਂ ਕਹਿ ਸਕਦਾ, ਪਰ ਲੇਕਿਨ ਲੋਕਾਂ ਨੂੰ ਆਪਣੇ ਆਪ ਦੀ ਜਾਣਕਾਰੀ ਨਾਲ ਆਪਣੇ ਪਤਾ ਚਾਹੀਦੇ ਪੌਦੇ ਨੇ, ਇਹਨਾਂ ਨੇ ਸਾਰਿਆਂ ਨੂੰ ਸਭ ਨੂੰ ਆਕਸੀਜਨ ਦੇਣੀ, ਸਭ ਨੂੰ ਸੁੱਖ ਦੇਣਾ। ਇਸ ਕਰਕੇ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ, ਉਹ ਭਾਵੇਂ ਤਾਰ ਹੋਵੇ ਜਾਂ ਸਮੋਹ ਹੋਵੇ, ਉਹ ਆਪ ਹੋਵੇ। ਫਰਜ਼ੀ ਬਿੱਲ ਕੋਈ ਨਹੀਂ ਕਰੇਗਾ, ਫਰਜ਼ੀ ਬਿੱਲ ਕਰਨ ਵਾਲੀਆਂ ਸਰਕਾਰਾਂ ਲੰਘ ਗਿਆ। ਮੇਰੇ ਮਹਿਕਮੇ ਚ ਇੱਕ ਵੀ ਫਰਜ਼ੀ ਬਿੱਲ ਹੋਏ ਉਹ ਦਫ਼ਤਰ ਬਿਲਕੁਲ ਵਰਤਿਆ ਜਾਏਗਾ, ਜਿੰਨੀ ਮੇਰੇ ਤਾਕਤ ਅਨੁਸਾਰ ਜਿੰਨਾ ਮੈਂ ਉਹਦਾ ਨੁਕਸਾਨ ਕਰ ਸਕਦਾ। ਫਲਾਂ ਜਗ੍ਹਾ ਇਹ ਨੁਕਸਾਨ ਹੋਇਆ, ਮੈਂ ਇਨਕੁਆਇਰੀ ਫਲਾਨੀ ਜਗ੍ਹਾ ਇਹ ਨੁਕਸਾਨ ਹੋਇਆ, ਜਿਹੜੀ ਲਾਈ ਜਿੱਥੇ ਦੱਸੋ ਕਿੱਥੇ ਗਏ ਸੀ, ਪਿੱਛੇ ਸਾਡਾ ਟੀਚਰ ਸੀ ਚਾਰ ਮਿਲਦਾ ਜਿਹੜੀ ਜਗ੍ਹਾ ਮਿਲਦਾ ਨੇ ਕੁਛ ਇਸ ਏਰੀਏ 'ਚ ਜਿੱਥੇ ਦਰਖਤ ਘੱਟਦੇ ਮੈਂ ਚਾਹੁੰਦਾ ਕਿ 1000-2000 ਏਕੜ ਲੈ ਕੇ ਇੱਥੇ ਸੇਬ ਵੀ ਆਪਣੇ ਸੇਬ ਵਾਲੇ ਬੂਟੇ ਲਾਵਾਂਗੇ, ਹੋਰ ਲਾਵਾਂਗੇ, ਵੱਧ ਤੋਂ ਵੱਧ ਪਲਾਂਟੇਸ਼ਨ ਕਰਾਈ। ਬਾਦਲ ਦੇ ਹਲਕੇ ਦਾ ਦੌਰਾ ਕੀਤਾ, ਬੰਦਿਆਂ ਨਹੀਂ ਹੋਇਆ, ਇਹਨਾਂ ਹਲਕੇ ਬਦਲਦੇ ਨੇ, ਬੰਦਿਆਂ ਨੇ ਚਲੇ ਜਾਣਾ, ਆ ਜਾਣਾ, ਚਲਿਆ ਜਾਣਾ, ਹਲਕੇ ਇੱਥੇ ਰਹਿਣੇ ਨੇ। ਕਿਸ ਤਰ੍ਹਾਂ ਦੀਆਂ ਕਮੀਆਂ ਵੇਖਣ ਨੂੰ ਮਿਲਦੀਆਂ? ਇਹ ਬਾਦਲ ਸਾਹਿਬ ਦੀ ਕੋਠੀ ਤੋਂ ਵਧੀਆ ਤਾਂ ਔਰ ਮੈਨੂੰ ਇਹ ਨਹੀਂ ਪਤਾ ਕਿ ਬਾਦਲ ਸਾਹਿਬ ਪੰਜ ਵੇਰੀ ਇੱਥੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ, ਪਰ ਲੋਕ ਇੰਨੇ ਔਖੇ ਨੇ, ਬਾਦਲ ਸਾਹਿਬ ਤੋਂ ਘੱਟ ਔਖੇ ਹੋਣਗੇ ਜਿਹੜੇ ਉਹਨਾਂ ਦੇ ਪਾਲੇ ਹੋਏ ਬੰਦੇ ਅੱਗੇ ਨੇ ਨਾ, ਗੋਲਿਆਂ ਵਾਲੀ ਜਾਂ ਫਲਾਣੇ ਵਾਲੀ, ਇਹ ਜਿਹੜੇ ਅੱਗੇ ਬੰਦੇ ਰੱਖੇ ਹੋਏ ਨੇ ਉਹਨਾਂ ਤੋਂ ਔਖੇ ਨੇ। ਕਾਨੂੰਨ ਅਵਸਥਾ ਇਹਨਾਂ ਦਾ ਬਾਦਲ ਸਾਹਿਬ ਦਾ ਹਮੇਸ਼ਾ ਰਿਹਾ, ਜਦੋਂ ਇਹ ਆਏ ਨੇ ਅੱਤਵਾਦ ਛੱਡ ਕੇ ਗਏ, ਪਹਿਲਾਂ ਅੱਤਵਾਦ ਲਿਆਂਦਾ, ਜਦੋਂ ਸਰਕਾਰ ਗਈ ਆਪ ਹਰਿਆਣੇ ਚਲੇ ਗਏ, ਅੱਤਵਾਦ ਸਿਖਰਾਂ ਤੇ ਸੀ। ਸੁਖਬੀਰ ਬਾਦਲ ਹੋਣੀ ਅਮਰੀਕਾ ਪੜ੍ਹਨ ਚਲੇ ਗਏ, ਪੰਜਾਬ ਵਿੱਚ ਇਹ ਪੁੱਜਦਾ ਰਿਹਾ, ਭੈਣਾਂ ਵਿਧਵਾ ਹੋਈਆਂ, ਬੱਚੇ ਅਨਾਥ ਹੋਏ, ਕਿੰਨੇ ਹਜ਼ਾਰ ਬੰਦਾ ਮਾਰੇ ਗਏ ਬੇਟ ਨੂੰ, ਇਹਨਾਂ ਨੇ ਹਾਂ ਦਾ ਨਾਰਾ ਨਹੀਂ ਮਾਰਿਆ। ਉਦੋਂ ਅੱਤਵਾਦ ਛੱਡ ਗਏ ਸੀ ਲਾ ਦਾ ਆਰਡਰ ਕੈਪਟਨ ਅਮਰਿੰਦਰ ਸਿੰਘ ਸਿਖਾਉਣ ਵਾਲੇ ਬੰਦੇ, ਔਰ ਹੁਣ 10 ਸਾਲ ਦੇ ਗੈਂਗਸਟਰ ਛੱਡ ਕੇ ਗਏ, ਗੈਂਗਸਟਰਾਂ ਨੂੰ ਕਾਬੂ ਕੀਤਾ ਕੈਪਟਨ ਅਮਰਿੰਦਰ ਸਿੰਘ,
ਪੰਜਾਬ ਦੇ ਲੋਕਾਂ ਲਈ, ਪੰਜਾਬ ਨੂੰ ਅਮਨ ਔਰ ਸ਼ਾਂਤੀ ਮਿਲੇ, ਇਹ ਕਰ ਰਹੇ ਹਾਂ। ਜੇ ਬਾਦਲ ਸਾਹਿਬ ਨੂੰ ਇਹ ਮਾੜਾ ਲੱਗਦਾ ਹੈ ਤਾਂ ਮੈਂ ਸਭ ਦਾ ਬਹੁਤ ਮਾੜੀ ਕੋਸ਼ਿਸ਼ ਕਰਦਾ। ਫਿਰ ਵੀ ਏਡਾ ਵੱਡਾ ਮੁਲਕ ਹੈ, ਜਿਹਨੂੰ ਸੰਭਾਲ ਕੇ ਰੱਖਣਾ, ਇੱਥੇ ਮਾੜੇ ਕੰਮ ਹੋਣੇ ਵੀ ਹੈ, ਉਹਨੂੰ ਸੰਭਾਲਣਾ ਸਰਕਾਰ ਦਾ ਕੰਮ ਹੈ। ਅਸੀਂ ਕੋਈ ਜ਼ਿੰਮੇਵਾਰੀ ਨਾਲ ਕਹਿ ਸਕਦੇ ਹਾਂ ਇਸ ਪੰਜਾਬ ਦਾ ਵਾਲ ਦੀ ਗਾੜੀ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਕਾਹਦਾ ਹੈ। ਕੋਈ ਉਹਨੂੰ ਸਜ਼ਾ ਨਹੀਂ ਹੋਈ, ਜੇ ਸਜ਼ਾ ਉਹ ਬੋਲੀ ਹੋਣੀ ਫਿਰ ਤਾਂ ਕਾਗਜ਼ ਫਾਈਲ ਨਹੀਂ ਕਰ ਸਕਦਾ। ਤੁਹਾਨੂੰ ਯਾਦ ਹੋਣਾ ਹੈ ਕਿ ਸਿਮਰਜੀਤ ਸਿੰਘ ਮਾਨ ਹੋਣੀ ਜੇਲ੍ਹਾਂ 'ਚ ਬੈਠੇ ਸੀ, ਇਹ ਤਾਂ ਜੇਲ੍ਹ ਤੋਂ ਬਾਹਰ ਆਏ, ਜੇਲ੍ਹਾਂ 'ਚ ਬੈਠੇ ਵੀ ਉੱਧਰ ਜਿੱਤ ਗਏ ਸੀ। ਇਹ ਤਾਂ ਲੋਕਾਂ ਦੀ ਮਰਜ਼ੀ ਹੈ, ਜਦੋਂ ਤੱਕ ਕਿਸੇ ਨੂੰ ਅਦਾਲਤ ਗਿਰਫਤੀ ਨਹੀਂ ਪਾਉਂਦੀ, ਕਿਸੇ ਨੂੰ ਸਜ਼ਾ ਨਹੀਂ ਕਰਦੀ, ਉਦੋਂ ਤੱਕ ਹੈ ਉਹ ਇਲੈਕਸ਼ਨ ਲੜੇਗਾ। ਔਰ ਇਲੈਕਸ਼ਨ ਦੂਸਰੀ ਕਿਸਮ ਨਾਲ ਇੰਨੀ ਵੱਡੀ ਜਿੱਤ ਹੋਏਗੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ, ਪੰਜਾਬ ਅੱਜ ਚਾਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਪੰਜਾਬ ਅੱਗੇ ਵਧੇ। ਔਰ ਇਹ ਜਿੰਨੀ ਚੋਣ ਇੱਕ ਇਤਿਹਾਸ 'ਚ ਲਿਖੀ ਜਾਏਗੀ ਕਿ ਇਹਨਾਂ ਦਾ ਅਕਾਲੀਆਂ ਜਿਹੜਾ ਹੰਕਾਰ ਹੈ ਵੀ ਸਾਡੀ ਸੀਟ ਸੀ, ਇਹਨਾਂ ਦੀ ਸੀਟ ਹਮੇਸ਼ਾ ਹਮੇਸ਼ਾ ਲਈ ਇਹਨਾਂ ਤੋਂ ਜੇ ਗੋਲੀ ਚੱਲੀ ਹੈ, ਜਿਹਨੇ ਚਲਾਈ ਆ ਗਲਤ ਚਲਾਈ ਆ, ਉਹ ਆਪੇ ਅੰਦਰ ਜਾਏਗਾ, ਉਹਦੀ ਮਦਦ ਨਹੀਂ ਕਰਾਂਗੇ। ਗ੍ਰਿਫਤਾਰ ਹੋਣਗੇ, ਜਿਹੜਾ ਨਾ ਆਪ ਤਾਂ ਗ੍ਰਿਫਤਾਰ ਕਰ, ਤੁਹਾਡੇ ਖਿਲਾਫ ਕਰ ਰਹੀ ਹੋ। ਥਾਣੇਦਾਰ ਨਹੀਂ ਬੋਲਦਾ ਹੈ, ਪੰਜਾਬੀ ਕਹਾਵਤ ਦਾ ਤੂੰ ਨਹੀਂ ਬੋਲਦੀ, ਮੇਰੇ 'ਚ ਕੋਈ ਬੋਲ ਬੋਲਦਾ, ਜੇ ਅਕਾਲੀ ਦਲ ਬੋਲਦਾ, ਸੁਖਬੀਰ ਬੋਲਦਾ, ਮਜੀਠੀਆ ਬੋਲਦਾ, ਸਾਰੇ ਬੋਲਦੇ ਨੇ, ਉਹ ਆਪ ਨਹੀਂ ਬੋਲਦਾ। ਉਹਦਾ ਵਿਚਾਰਾ ਮੈਨੂੰ ਲੱਗਦਾ ਮਨਮੁੱਦੀ ਨਾ ਹੋਵੇ। ਗਿੱਦੜਬਾਹਾ ਤੋਂ ਸੋਨੀ ਡੱਲਾ, ਦਿਵਿਆ ਪੰਜਾਬ ਟੀਵੀ।